ਕਾਨਪੁਰ ਦੇ ਸਰਕਾਰੀ ਸਕੂਲ 'ਚ ਸਟੇਸ਼ਨਰੀ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਪਿੰਡ ਭਗਵਾਨਪੁਰ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ 'ਚ ਲਾਇਨਸ ਕਲੱਬ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਫਰੂਟ, ਇੱਕ ਫਿਲਟਰ ਵੰਡਿਆ ਗਿਆ। ਇਸ ਤੋਂ ਇਲਾਵਾ 5 ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੰਬਰਦਾਰ ਲਖਵਿੰਦਰ ਸਿੰਘ ਲੱਖਾ, ਬਲਦੇਵ ਸਿੰਘ ਸਿਕਰੀ USA, ਨਿਸ਼ਾਂਤ ਸਿੰਘ ਹੁੰਦਲ ਚੇਅਰਮੈਨ, ਸੁਖਦੇਵ ਸਿੰਘ ਪੰਨੂ PRO, ਲਖਵਿੰਦਰ ਸਿੰਘ ਪ੍ਰਧਾਨ ਅਕਬਰਪੁਰ, ਗੁਰਦੀਪ ਸਿੰਘ ਕਾਲੋ, ਗੁਰਪ੍ਰੀਤ ਸਿੰਘ ਵੜੈਚ, ਸੁਖਜਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ। ਕੰਨੂ ਪੁਲਥ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ ਜੀ, ਅੱਜ ਤੁਸੀਂ ਆਏ ਹੋ ਭਗਵਾਨਪੁਰ ਪਿੰਡ ਦੇ ਵਿੱਚ ਸਕੂਲ ਦੇ ਵਿੱਚ, ਉਹ ਤੁਸੀਂ ਜਿਹੜਾ ਰਾਸ਼ਨ ਔਰ ਬੱਚਿਆਂ ਨੂੰ ਸਟੇਸ਼ਨਰੀ ਵੰਡੀ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਡਾ ਜੀ ਲਾਇਨਸ ਕਲੱਬ ਪ੍ਰਿੰਸ 321D ਬੇਗੋਵਾਲ ਇੰਟਰਨੈਸ਼ਨਲ ਕਲੱਬ ਹੈ, ਜੋ ਕਿ ਬੜੇ ਲੰਮੇ ਸਮੇਂ ਤੋਂ ਗਰੀਬ ਪਰਿਵਾਰਾਂ ਦੀ, ਬਹੁਤ ਵੱਡੀ ਸਕੂਲਾਂ ਦੀ, ਬਹੁਤ ਸਾਰੇ ਗਰੀਬ ਪਰਿਵਾਰਾਂ ਦੀ ਸਹਾਇਤਾ ਕਰ ਰਿਹਾ। ਅੱਜ ਇਸੇ ਤਰ੍ਹਾਂ ਹੀ ਇਹ ਸਾਡਾ ਪ੍ਰੋਜੈਕਟ ਸੀਗਾ, ਅਸੀਂ ਕੋਈ ਸਕੂਲ ਆਪਣੇ ਡਰੋਪਟ ਕੀਤੇ ਹੋਏ ਨੇ। ਅੱਜ ਭਗਵਾਨਪੁਰ ਵਿੱਚ ਸਾਡਾ ਸਟੇਸ਼ਨਰੀ ਦਾ ਸਮਾਨ, ਜੋ ਕਿ ਹਰ ਮਹੀਨੇ ਬੱਚਿਆਂ ਨੂੰ ਦਿੱਤਾ ਜਾਂਦਾ, ਕਾਪੀਆਂ, ਕਿਤਾਬਾਂ, ਪੈਨਸਲਾਂ, ਸ਼ੋਪਨਰ, ਜੋ ਵੀ ਬੱਚਿਆਂ ਨੂੰ ਚਾਹੀਦਾ। ਅੱਜ ਸਕੂਲ ਦੇ ਵਿੱਚ ਇਹਨਾਂ ਨੇ ਇੱਕ ਮੰਗ ਕੀਤੀ ਸੀ ਕਿ ਸਾਡੇ ਬੱਚੇ ਜਾਂ ਪਾਣੀ ਪੀਣ ਵਾਲਾ ਕੋਈ ਸਾਫ਼ ਸੁਥਰਾ ਨਹੀਂ ਹੈਗਾ। ਅਸੀਂ ਅੱਜ ਇੱਥੇ ਪਹਿਲਾਂ ਇੱਕ ਫਿਲਟਰ ਦੀ ਇਹਨਾਂ ਨੇ ਮੰਗ ਕੀਤੀ ਸੀ, ਇੱਕ ਫਿਲਟਰ ਦਿੱਤਾ, ਜੋ ਕਿ ਸਾਡੇ ਲਾਇਨਸ ਕਲੱਬ ਸਾਰੇ ਮੈਂਬਰਾਂ ਵੱਲੋਂ ਰਲ ਕੇ ਇੱਥੇ ਫਿਲਟਰ ਲਵਾਇਆ ਗਿਆ। ਨਾਲ ਹੀ ਉਹਨਾਂ ਨੂੰ ਹੋਰ ਵੀ ਮੰਗ ਪੁੱਛੀ ਹੈ। ਕੁਝ ਦਿਨ ਪਹਿਲਾਂ ਅਸੀਂ ਇੱਥੇ ਪਾਰਕਿੰਗ ਤਿਆਰ ਕੀਤੀ ਸੀ, ਕਾਫੀ ਸਾਰਾ ਖਰਚ ਕਰਕੇ ਅੱਜ ਉਹ ਬੱਚੇ ਉਸ ਪਾਰਕਿੰਗ ਵਿੱਚ ਘੁੰਮਦੇ ਨੇ, ਝੂਲੇ ਲੱਗੇ ਨੇ, ਬਹੁਤ ਸੋਹਣਾ ਵੇਖਣ ਨੂੰ ਅੱਜ ਆਨੰਦ ਮਿਲਿਆ ਮੇਰੇ ਕਲੱਬ ਨੂੰ, ਮੇਰੇ ਕਲੱਬ ਵੱਲੋਂ। ਇਸੇ ਤਰ੍ਹਾਂ ਹੀ ਸਾਰੇ ਪ੍ਰੋਜੈਕਟ ਸਾਰੇ ਸਕੂਲਾਂ ਦੇ ਵਿੱਚ ਅਸੀਂ ਰਲ ਮਿਲ ਕੇ ਪ੍ਰੋਜੈਕਟ ਲਾਉਂਦੇ ਰਵਾਂਗੇ। ਇਸ ਤਰ੍ਹਾਂ ਹੀ ਪਹਿਲਾਂ ਆਪਾਂ ਯੂਨੀਵਰਸਿਟੀ ਪਧਾਸ ਦੇ ਵਿੱਚ ਇੱਕ ਵੱਡਾ ਫਿਲਟਰ ਲਵਾਇਆ ਸੀ, ਅਕਬਰਪੁਰ ਸਕੂਲ ਦੇ ਵਿੱਚ ਫਿਲਟਰ ਲਵਾਇਆ। ਇਸ ਤਰ੍ਹਾਂ ਦੇ ਕਈ ਸਕੂਲ ਨੇ ਜਿਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਫਿਲਟਰ ਲਵਾਏ ਗਏ ਨੇ। ਗਾਂ ਵੀ ਜਿਸ ਤਰ੍ਹਾਂ ਕਿਸੇ ਤੋਂ ਵੀ ਲੋੜ ਹੁੰਦੀ ਹੈ, ਸਾਡਾ ਕਲੱਬ ਬਿਲਕੁਲ ਉਹਨਾਂ ਦੇ ਨਾਲ ਹੈ। ਮੇਰੇ ਅੱਜ ਸਾਡੇ ਕਲੱਬ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੀ, ਸਾਡੇ ਇੱਕ NRI ਵੀਰ USA ਤੋਂ ਜੋ ਆਏ ਨੇ ਅਤੇ ਉਹ ਸਾਡੇ ਨਾਲ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਡੇ ਬੇਗੋਵਾਲ ਦੇ, ਸਾਡੇ ਲਾਇਨਸ ਕਲੱਬ ਦੇ ਚੇਅਰਮੈਨ ਸਰਦਾਰ ਨਿਸ਼ਾਨ ਹੁੰਦਲ ਜੀ, ਸਾਡਾ ਮੋਨੂ ਵੀਰ ਕਨੈਲਗੰਜ, ਸੁਖਦੇਵ ਸਿੰਘ ਮੋਨੂ ਲਾਇਨਸ ਕਲੱਬ, ਹੋਰ ਵੀ ਸਾਡੇ ਲਾਇਨਸ ਕਲੱਬ, ਸਾਰੇ ਕਲੱਬਾਂ ਵਾਲਿਆਂ ਦਾ ਧੰਨਵਾਦ ਜੀ। ਆ ਸਾਰਿਆਂ ਨੂੰ ਅਸੀਂ ਅੱਜ ਜੀ ਆਇਆਂ ਆਖਦੇ ਹਾਂ ਜੀ, ਧੰਨਵਾਦ ਜੀ।